ਤੇ ਅੱਜ ਇੱਥੇ ਆਏ ਹਾਂ ਸੋਹਣੀਆਂ ਮੁਟਿਆਰਾਂ ਦੇ ਸੈਲੀਬ੍ਰੇਸ਼ਨ ਦੇ ਵਿੱਚ ਜਿਹਦੇ ਵਿੱਚ ਕਿ ਕਰਵਾ ਤੇ ਦੀਵਾਲੀ ਸੈਲੀਬ੍ਰੇਟ ਕਰ ਰਹੇ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਕਿ ਉਹਨਾਂ ਨੇ ਕਿੱਦਾਂ ਇੱਥੇ ਸੈਲੀਬ੍ਰੇਟ ਕੀਤਾ ਹਾਂਜੀ ਮੈਮ ਸਰ ਇੱਥੇ ਪਰਫਾਰਮੈਂਸ ਹੋਈਆਂ ਨੇ ਰੈਂਪ ਵਾਕ ਹੋਈ ਹੈ ਗੇਮਸ ਹੋਈਆਂ ਨੇ ਫਨ ਗੇਮਸ ਆ ਜਿਹਦੇ ਵਿੱਚ ਲੇਡੀਜ਼ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਔਰ ਬਹੁਤ ਇੰਜੋਏ ਕੀਤਾ ਹੈ ਉਹਨਾਂ ਨੂੰ ਰਿਟਰਨ ਦੇ ਵਿੱਚ ਗਿਫਟ ਦਿੱਤੇ ਗਏ ਨੇ ਬਹੁਤ ਹੀ ਅੱਛਾ ਮਾਹੌਲ ਬਣਿਆ ਹੋਇਆ ਹਾਂਜੀ ਮੈਮ ਤੁਸੀਂ ਇੱਥੇ ਆ ਕੇ ਜਿਹੜਾ ਆ ਕਿੱਦਾਂ ਦਾ ਮਤਲਬ ਕਿ ਫੀਲ ਕੀਤਾ ਇੱਥੇ ਆ ਐਕਚੁਅਲੀ ਪਹਿਲਾਂ ਤਾਂ ਮੈਂ ਮੀਡੀਆ ਵਾਲਿਆਂ ਦਾ ਤੇ ਜਿਹੜੇ ਸਾਡੇ ਆਰਗੇਨਾਈਜ਼ਰ ਨੇ ਰੀਨਾ ਜੀ ਤੇ ਜੋਤੀ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਇਸ ਤਰ੍ਹਾਂ ਦੇ ਇਵੈਂਟ ਆਪਾਂ ਸੈਲੀਬ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਲੋਕਡਾਊਨ ਤੋਂ ਬਾਅਦ ਮਾਹੌਲ ਇੰਨਾ ਕੁ ਸਖਤ ਹੋ ਗਿਆ ਸੀ ਕਿ ਘਰ 'ਚ ਬਿਲਕੁਲ ਮਨ ਹੀ ਨਹੀਂ ਲੱਗ ਰਿਹਾ ਸੀਗਾ ਉਹਨਾਂ ਨੇ ਅੱਜ ਇੱਥੇ ਇਵੈਂਟ ਕਰਵਾ ਕੇ ਤੇ ਸਾਨੂੰ ਬੜੀ ਅੰਦਰੋਂ ਖੁਸ਼ੀ ਮਿਲੀ ਹੈ ਤੇ ਅਸੀਂ ਸੱਜ ਧੱਜ ਕੇ ਇੱਥੇ ਆਏ ਹਾਂ ਤੇ ਇਹ ਬਹੁਤ ਹੀ ਪਿਆਰਾ ਮਾਹੌਲ ਹੈ ਹਰ ਆਪਣੀ ਫਰੈਂਡਸ ਨੂੰ ਮਿਲ ਰਹੇ ਹਾਂ ਬਹੁਤ ਦਿਨਾਂ ਤੋਂ ਅਸੀਂ ਮਿਲੇ ਨਹੀਂ ਸੀ ਬਹੁਤ ਅੱਛੀਆਂ ਗੇਮਸ ਨੇ ਰੈਂਪ ਵਾਕ ਕਰਵਾ ਰਹੇ ਨੇ ਅੱਛੇ ਅੱਛੇ ਗਿਫਟ ਰੱਖੇ ਨੇ ਸਨੈਕਸ ਨੇ ਫੂਡ ਨੇ ਤੇ ਆਪਾਂ ਨੂੰ ਔਸਮ ਪ੍ਰੋਗਰਾਮ ਲੱਗਿਆ ਥੈਂਕ ਯੂ ਜੀ ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਨੇ ਮੁਟਿਆਰਾਂ ਜਿਹੜੇ ਕਿ ਇੱਥੇ ਸੱਜ ਕੇ ਆਈਆਂ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮੈਡਮ ਤੁਸੀਂ ਇੱਥੇ ਕਿੱਦਾਂ ਦਾ ਮਤਲਬ ਕਿ ਮਾਹੌਲ ਤੁਹਾਨੂੰ ਲੱਗਾ ਹੈਲੋ ਜੀ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਗੇਮਸ ਬਹੁਤ ਸੋਹਣੀਆਂ ਸੀ ਡਿਫਰੈਂਟ ਸੀ ਜਿਹੜੀਆਂ ਅਸੀਂ ਕਦੇ ਵੀ ਨਹੀਂ ਖੇਡੀਆਂ ਸੀ ਅੱਜ ਇੱਥੇ ਖੇਡੀਆਂ ਆ ਕੇ ਔਰ ਸਾਨੂੰ ਬਹੁਤ ਹੀ ਇੰਜੋਏ ਹੋਇਆ ਆਪਣੀ ਫਰੈਂਡਸ ਨੂੰ ਮਿਲੇ ਮੇਰੀ ਚਾਈਲਡਹੁੱਡ ਫਰੈਂਡਸ ਹੈ ਮੈਨੂੰ ਕਦੇ ਮਿਲੀ ਨਹੀਂ ਅੱਜ ਇੱਥੇ ਆ ਕੇ ਮਿਲੀ ਮੇਰਾ ਨਾਮ ਮਮਤਾ ਹੈ ਜੀ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਹੈਗਾ ਹਾਂਜੀ ਜ਼ਰੂਰ ਹੋਣੇ ਚਾਹੀਦੇ ਤਾਂ ਕਿ ਲੇਡੀਜ਼ ਨੂੰ ਵੀ ਮੌਕਾ ਮਿਲਣਾ ਚਾਹੀਦਾ ਹਰ ਚਾਰ ਫੀਲਡ 'ਚ ਅੱਗੇ ਆਉਣ ਦਾ ਅਤੇ ਇਸ ਕਰਕੇ ਇੱਦਾਂ ਦੇ ਮੌਕੇ ਹੁੰਦੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹੈ ਕਿ ਅਸੀਂ ਸਾਰੀਆਂ ਅਸੀਂ ਸੋਹਣੀਆਂ ਮੁਟਿਆਰੇ ਬਣ ਕੇ ਆਈਆਂ ਕਿ ਕਰਵਾ ਚੌਥ ਮਨਾ ਰਹੀ ਹਾਂ ਕਰਵਾ ਚੌਥ ਮਨਾਉਣ ਦੇ ਬਹਾਨੇ ਇੱਥੇ ਸਾਰੇ ਇੱਕ ਤਿਆਰ ਹੋਏ ਹਨ ਡੀਜ਼ੇ ਲੱਗੇ ਹਨ ਅਤੇ ਔਰ ਇੰਜੋਏ ਕਰ ਰਹੇ ਹਨ ਕਰੋਨਾ ਤੋਂ ਬਾਅਦ ਬਹੁਤ ਵਧੀਆ ਮਾਹੌਲ ਹੈ ਉਭਰ ਕੇ ਆਇਆ ਹੈ ਉਹਦੇ ਕਰਕੇ ਇੰਨਾ ਲੋਕ ਖੁਸ਼ ਹਨ ਕਿ ਦੱਸ ਨਹੀਂ ਸਕਦੇ ਅਸੀਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਅਸੀਂ ਇੱਥੇ ਦੀਵਾਲੀ ਦਾ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਪਲੱਸ ਅਸੀਂ ਇੱਥੇ ਕਰਵਾ ਚੌਥ ਦਾ ਸੈਲੀਬ੍ਰੇਟ ਕਰਨ ਆਏ ਹਾਂ ਸਾਰੀ ਲੇਡੀਜ਼ ਬਹੁਤ ਹੀ ਇੰਜੋਇਮੈਂਟ ਕਰ ਰਹੀ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਂਗੂ ਹੋਰ ਵੀ ਲੇਡੀਜ਼ ਆਪਣੇ ਘਰਾਂ 'ਚੋਂ ਨਿਕਲਣ ਖੂਬ ਇੰਜੋਇਮੈਂਟ ਕਰਨ ਜਿੱਦਾਂ ਕਿ ਅਸੀਂ ਮਸਤੀ ਕਰਦੇ ਹਾਂ ਅਤੇ ਉਹ ਵੀ ਮਸਤੀ ਆ ਕੇ ਕਰਨ ਥੈਂਕ ਯੂ ਵੈਰੀ ਮੱਚ ਅੱਜ ਅਸੀਂ ਸੋਨੀਆ ਮੁਟਿਆਰਾ ਗਰੁੱਪ ਵੱਲੋਂ ਇੱਕ ਕਰਵਾ ਪਲੱਸ ਦੀਵਾਲੀ ਸੈਲੀਬ੍ਰੇਟ ਕਰ ਰਹੇ ਹਾਂ ਇੱਥੇ ਰੈਂਪ ਵਾਕ ਹੋਈ ਹੈ ਪਰਫਾਰਮੈਂਸ ਹੋ ਰਹੀਆਂ ਨੇ ਲੇਡੀਜ਼ ਲਈ ਬਹੁਤ ਅੱਛੀ ਗੇਮਸ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਗਿਫਟਸ ਦਿੱਤੇ ਗਏ ਹੈ ਬਹੁਤ ਹੀ ਅੱਛਾ ਮਾਹੌਲ ਹੈ ਸਰ ਆਉਣ ਵਾਲੇ ਟਾਈਮ 'ਤੇ ਅਸੀਂ ਜਿਸ ਤਰ੍ਹਾਂ ਦੇ ਫੈਸਟੀਵਲਸ ਆਉਂਦੇ ਆ ਉਸੇ ਤਰ੍ਹਾਂ ਅਸੀਂ ਸੈਲੀਬ੍ਰੇਸ਼ਨ ਕਰਦੇ ਹਾਂ ਉਸੇ ਤਰ੍ਹਾਂ ਦੇ ਇਵੈਂਟਸ ਹੁੰਦੇ ਨੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਥੇ ਦੀਵਾਲੀ ਔਰ ਕਰਵਾ ਚੌਥ ਦਾ ਇਹਨਾਂ ਨੇ ਸੈਲੀਬ੍ਰੇਟ ਕੀਤਾ ਔਰ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ